हेलो एवरीबॉडी वन्स अगेन वेलकम इन दिस वीडियो आज ਅਜਿਹਾ ਆ ਗਏ ਇੱਕ ਨਵੇਂ ਟੋਪਿਕ ਨੂੰ ਲੈ ਕੇ ਜਦਾ ਨਾਮ ਆ অক্সਿਪੀਟਲ ਨਿਊਰਲਜੀਆ অক্সਿਪੀਟਲ ਨਿਊਰਲਜੀਆ ਤੁਸੀਂ ਪਹਿਲਾਂ ਵੀ ਬਹੁਤ ਵਾਰ ਸੁਣਿਆ ਹੋਣਾ ਜੇ ਨਹੀਂ ਸੁਣਿਆ ਹੋਣਾ ਤਾਂ ਐਟ ਲੀਸਟ ਤੁਹਾਨੂੰ ਪਤਾ ਹੋਣਾ ਕਿ ਇਹ ਹੁੰਦਾ ਕੀ ਆ ਬਸ ਟਰਮੀਨੋਲੋਜੀ ਨਾ ਤੁਸੀਂ ਵਾਕਿਫ ਨਹੀਂ ਹੋਣੇ ਮੈਂ ਤੁਹਾਨੂੰ ਦੱਸ ਦਿੰਦਾ অক্সਿਪੀਟਲ ਨਿਊਰਲਜੀਆ ਮੀਨਸ ਪੇਨ ਐਟ ਦ ਸਬ অক্সਿਪੀਟਲ ਰੀਜਨ অক্সਿਪੀਟ ਸਾਡਾ ਹੈਡ ਦਾ ਬੈਕ ਵਾਲਾ ਆਈਡੀਆ ਠੀਕ ਹੈ ਉਹਦੇ ਥੱਲੇ ਜੋ ਵੀ ਪੇਨ ਹੁੰਦਾ ਹੈ ਐਨ ਇਟ ਇਰੀਟੇਟਸ ਟੂ आवर ਆਈਜ਼ ਆ ਮੀਨ ਐਟ ਦਿ ਬੈਕ ਆਫ ਦਿ ਆਈ ਪੇਸ਼ੀਐਂਟ ਫੀਲਸ ਪੇਨ ਇਟ ਇਜ਼ ਦਿ অক্সਿਪੀਟਲ ਨੂਰਲਜੀਆ ਪੇਸ਼ੀਐਂਟ ਨੂੰ ਨੋਸੀਆ ਹੋ ਸਕਦਾ ਵੋਮਿਟਿੰਗ ਹੋ ਸਕਦੀ ਹੈ ਐਂਡ ਹੋਰ ਵੀ ਕਈ ਸਿੰਪਟਮਸ ਹੋ ਸਕਦੇ ਜਿਹੜਾ ਮੈਂ ਤੁਹਾਨੂੰ ਡਿਸਕਸ ਕਰਾਂਗਾ ਅੱਜ ਠੀਕ ਹੈ ਸਭ ਤੋਂ ਪਹਿਲਾਂ ਇਹ ਹੁੰਦਾ ਕਿਉਂ ਹੈ ਵਟ ਆਰ ਦਿ ਕੌਜ਼ਸ ਆਫ অক্সਿਪੀਟਲ ਨੂਰਲਜੀਆ ਜੇ ਆਪਾਂ ਗੱਲ ਕਰੀਏ অক্সਿਪੀਟਲ ਨਰਵਸ ਦੇ ਬਾਰੇ ਕਿਉਂਕਿ ਨੂਰਲਜੀਆ ਮੀਨਸ ਨਰਵਸ neuralgia means nerve pain. pain along the nerve distribution theek okay? hai there are two occipital nerves greater occipital nerves and lesser occipital nerves jo a e, function hai na nerves da a e supply karde hai sade brain nu no about the sensation of your back of the head etho sari sensation jithe tu touch kita pain hoya tonu no. o di sari information brain tak leke jandi hai e ਨਰਵਸ ਦਾ ਕਮੇਕ ਹੋਰ ਤੀਜੀ ਨਰਵ ਵੀ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਲੀਸਟ অক্সਿਪੀਟਲ ਨਰਵ ਜਿਹਨੂੰ ਆਪਾਂ ਕਹਿੰਦੇ ਨੇ ਲੀਸਟ অক্সਿਪੀਟਲ ਨਰਵ ਇਹਦਾ ਵੀ ਛੋਟਾ ਫੰਕਸ਼ਨ ਹੈ ਹੋਵੇ ਸੈਂਸੇਸ਼ਨ ਨਾਲ ਰਿਲੇਟਡ ਹੈ ਉਹਨਾਂ ਡੀਪ ਚੀਜ਼ੀ ਨਹੀਂ ਜਾਣਾ ਠੀਕ ਹੈ ਜੀ ਸੋ ਥੀਸ ਵੁਲ ਦ ਨਰਵਸ ਜਦੋਂ ਇਹ ਕੰਪਰੈਸ ਹੋ ਜਾਂਦੇ ਸਾਡੇ ਮਸਲਸ ਦੇ ਵਿੱਚ ਜਿਹੜੇ ਸਾਡੇ ਜਿਹੜੇ ਮਸਲਸ ਆ ਬੈਕ ਆਫ ਦ ਹੈਡ ਚ ਜਦੋਂ ਇਹ ਕੰਪਰੈਸ ਕਰ ਦਿੰਦੇ ਆ ਨਰਵਸ ਨੂੰ ਜਿਹਦਾ ਮੈਂ ਨਾਮ ਲਿਆ ਪਹਿਲਾਂ ਉਦੋਂ ਸਾਨੂੰ ਇਹ ਪ੍ਰੋਬਲਮ ਆਉਂਦੀ ਹੈ ਕਿਉਂਕਿ ਇਹ ਨਰਵਸ ਇੱਥੋਂ ਲੈ ਕੇ ਇਧਰ ਨੂੰ ਜਾਂਦੀਆਂ ਤਾਂ ਬ੍ਰੇਨ ਨੂੰ ਸਪਲਾਈ ਕਰਦੀ ਹੈ ਠੀਕ ਹੈ ਜੀ ਇਸ ਲਈ ਤੁਹਾਨੂੰ ਪੇਨ ਇਸੇ ਡਿਸਟ੍ਰਿਬਿਊਸ਼ਨ ਦੇ ਵਿੱਚ ਹੁੰਦਾ ਹੈ ਕਦੇ-ਕਦੇ ਪੀਪਲ ਕਨਫਿਊਜ਼ ਹੋ ਜਾਂਦੇ ਹੈ स्टूडेंट्स ਕਨਫਿਊਜ਼ ਹੋ ਜਾਂਦੇ ਹੈ ਜਦੋਂ ਇਦਾਂ ਦੇ ਕੇਸ ਆਉਂਦੇ ਤੁਸੀਂ ਆਪ ਵੀ ਕਨਫਿਊਜ਼ ਹੋ ਜਾਂਦੇ ਕਿ ਇਹ ਮੈਨੂੰ ਮਾਈਗਰੇਨ ਦੀ ਪ੍ਰੋਬਲਮ ਆਉਂਦੀ ਪਈ ਹੈ ਜਾਂ ਆਕਸੀਪਿਟਲ ਨਿਊਰਲਜੀਆ ਦੀ ਆਈ ਵਾਂਟ ਟੂ ਸੇ ਇਟ ਲੁక్స్ ਸਿਮਿਲਰ ਲਾਈਕ ਮਾਈਗਰੇਨ ਬਟ ਦ ਮੇਜਰ ਡਿਫਰੈਂਸ ਵਿਲ ਬੀ ਅਕੋਰਡਿੰਗ ਟੂ ਦ ਐਪੀਸੋਡਸ ਆਫ ਪੇਨ ਹਾਊ ਲੌਂਗ ਇਟ ਗੋ ਪੇਸ਼ੈਂਟ ਨੂੰ ਕਾਫੀ ਲੰਬੇ ਟਾਈਮ ਤੋਂ ਪੇਨ ਹੁੰਦਾ ਪਿਆ ਥਰੋਪਿੰਗ ਪੇਨ ਪਲਸਟਾਈਲ ਹੈਡੈਕ ਇਟ ਇਜ਼ ਮਾਈਗਰੇਨ ਪਰ ਜੇ ਪੇਸ਼ੈਂਟ ਨੂੰ ਪੇਨ ਕਿੱਥੋਂ ਸਟਾਰਟ ਹੁੰਦਾ ਪਿਆ ਇਟਸ ਬੇਸ ਇਜ਼ ਹੇਅਰ ਇੱਥੋਂ ਪੇਨ ਸਟਾਰਟ ਹੋ ਕੇ ਅੱਖਾਂ ਦੇ ਬੈਕ ਸਾਈਡ ਤੇ ਆਉਂਦਾ ਪਿਆ ਇਟ ਇਜ਼ ਦੀ ਓਕਸੀਪਿਟਲ ਨਿਊਰੋਐਲਜੀਆ ਇਟ ਇਜ਼ ਆਲਸੋ ਯੂਨਿਲੈਟਰਲ ਇੱਕ ਸਾਈਡ ਤੇ ਹੁੰਦਾ ਹੈ ਠੀਕ ਹੈ ਹੁਣ ਆਪਾਂ ਗੱਲ ਕਰਾਂਗੇ ਦੇ ਸਿੰਪਟਮਸ ਮੈਂ ਤੁਹਾਨੂੰ ਆਲਰੇਡੀ ਦੱਸ ਚੁੱਕਿਆ ਨੋਜ਼ੀਆ ਪੇਸ਼ੈਂਟ ਨੂੰ ਲੱਗੂਗਾ ਕਿ ਮੈਨੂੰ ਵੋਮਿਟਿੰਗ ਆਉਂਦੀ ਪਈ ਠੀਕ ਹੈ ਪੇਨ ਬੋਥ ਡਲਜਪੇਨ ਹੁੰਦਾ ਕਈ ਵਾਰੀ ਤੇ ਕਈ ਵਾਰ ਸ਼ਾਰਪ ਸ਼ੂਟਿੰਗ ਪੇਨ ਹੁੰਦਾ ਪੇਸ਼ੈਂਟ ਨੂੰ ਟੋਲਰੇਟ ਨਹੀਂ ਹੋ ਸਕਦਾ ਪੇਨ ਨੂੰ ਠੀਕ ਹੈ ਇਹਦੇ ਇੱਕ ਹੋਰ ਕੌਜ਼ ਮੈਂ ਤੁਹਾਡੇ ਨਾਲ ਡਿਸਕਸ ਕਰਨਾ ਚਾਹਨਾ ਕਿ ਜਦੋਂ ਪੇਸ਼ੈਂਟ ਵਧੀਆ ਸਲੀਪ ਨਹੀਂ ਲੈਂਦਾ ਇਫ ਦਾ ਪੇਸ਼ੈਂਟ ਇਜ਼ ਅਨਏਬਲ ਟੂ ਸਲੀਪ ਓਕੇ ਯਾ ਇਨਸੋਮੀਆ ਹੈ ਪੇਸ਼ੈਂਟ ਨੂੰ ਕਾਫੀ ਟਾਈਮ ਤੋਂ ਰੈਸਟ ਨਹੀਂ ਕੀਤਾ ਉਹਨੇ ਯਾ ਗਲਤ ਪੋਸਚਰ ਦੇ ਵਿੱਚ ਸੌਂਦਾ ਪਿਆ ਉਦੋਂ ਵੀ ਇਹ ਪ੍ਰੋਬਲਮ ਹੋ ਸਕਦੀ ਹੈ ਕਿਉਂਕਿ ਥੀਸ ਮਸਲਸ ਨੀਡ ਰੈਸਟ ਤੇ ਜਦੋਂ ਇਹਨਾਂ ਨੂੰ ਰੈਸਟ ਨਹੀਂ ਮਿਲਦਾ ਦੇ ਵਿਲ ਸਟਾਰਟ ਗੈਟਿੰਗ ਟੈਂਸਟ ਠੀਕ ਹੈ ਮਸਲ ਟਾਈਟ ਹੋ ਜਾਂਦੇ ਆਪਣੇ ਆਪ ਨੂੰ ਟਾਈਟ ਕਰ ਲੈਂਦੇ ਆ ਤਾਂ ਉਹਦੇ ਥੱਲੇ ਜਿਹੜੀ ਨਰਵਸ ਆ ਉਹ ਕੰਪਰੈਸ ਹੋ ਜਾਂਦੀ ਹੈ ਤਾਂ ਸਾਨੂੰ ਪੇਨ ਦਾ ਕਨਸੀਕਵੈਂਸ ਜਿਹੜੇ ਆ ਉਹ ਸੈਨੇ ਪੈਂਦੇ ਆ ਹਾਂਜੀ ਜਦੋਂ ਇਸ ਕੰਡੀਸ਼ਨ ਨੂੰ ਆਪਾਂ ਟਰੀਟ ਨਹੀਂ ਕਰਦੇ ਉਦੋਂ ਪੇਸ਼ੈਂਟ ਨੂੰ ਲੱਗਦਾ ਕਿ ਮੈਨੂੰ ਮਾਈਗਰੇਨ ਟਾਈਪ ਪ੍ਰੋਬਲਮ ਹੁੰਦੀ ਪਈ ਹੈ ਇਫ ਲੈਫਟ ਅਨਟਰੀਟਡ ਕਾਫੀ ਲੰਬੇ ਟਾਈਮ ਤੱਕ ਜੇ ਦਾ ਆਪਾਂ ਟਰੀਟਮੈਂਟ ਨਾ ਕਰੀਏ ਜਾਂ ਮੈਡੀਸਿਨ ਲੈ ਲਈਏ ਪੈਰਾਸੀਟਾਮੋਲ ਵਗੈਰਾ ਕੁਝ ਲੈ ਕੇ ਆਪਾਂ ਸੋਚੀਏ ਕਿ ਸਾਡਾ ਪੇਨ ਘੱਟ ਹੋ ਜਾਊਗਾ ਉਦੋਂ ਇਹ ਹੋਰ ਵੀ ਡੇਂਜਰਸ ਰੂਪ ਲੈ ਲੈਂਦਾ ਠੀਕ ਹੈ ਜੀ ਨਾਓ ਲੈਟਸ ਟਾਕ ਅਬਾਊਟ ਦਿਸ ਟ੍ਰੀਟਮੈਂਟ ਟ੍ਰੀਟਮੈਂਟ ਜਿਹੜੀ ਉਹ ਸਿੰਪਲ 3 ਟੂ 4 ਐਕਸਰਸਾਈਜ਼ ਹੈ ਮੈਂ ਤੁਹਾਡੇ ਨਾਲ ਡਿਸਕਸ ਕਰਾਂਗਾ ਸਭ ਤੋਂ ਪਹਿਲਾਂ ਜੇ ਤੁਹਾਨੂੰ ਇਦਾਂ ਦਾ ਪੇਨ ਐਕਸਪੀਰੀਅੰਸ ਹੁੰਦਾ ਵੀ ਆਪਣੇ ਪੋਸਚਰ ਤੇ ਵਰਕ ਕਰੋ ਜਿੱਦਾਂ ਮੈਂ ਵੀ ਹੁਣ ਬੈਠਾ ਹਾਂ ਸ਼੍ਰੀ ਮਾਈ ਹੰਸਟ ਬੈਕ ਥਿਸ ਇਜ਼ ਨੋਨ ਐਸ ਹੰਸਟ ਬੈਕ ਜਿਨ੍ਹਾਂ ਨੇ ਜਿੰਨੇ ਵੀ ਪੇਸ਼ੈਂਟਸ ਮੈਂ ਦੇਖੇ ਆਪਣੀ ਲਾਈਫ ਦੇ ਵਿੱਚ ਆਪਣੇ ਐਕਸਪੀਰੀਅੰਸ ਦੇ ਵਿੱਚ ਉਹ ਇਸ ਪ੍ਰੋਬਲਮ ਨਾਲ ਜਿਹੜੇ ਵੀ ਰਿਲੇਟਡ ਆ ਉਹਨਾਂ ਨੂੰ ਪੱਕਾ ਹੰਸਟ ਬੈਕ ਦੀ ਪ੍ਰੋਬਲਮ ਹੁੰਦੀ ਆ ਮੀਨਸ ਦੇ ਹੈਵ ਦ ਹੰਸਟ ਬੈਕ लाइक दिस स्लाउची पोस्चर होंगे यू करैक्ट करना सूँ रेगुलर स्ट्रैच देने पे तो ऑफिस वर्क करते हैं स्टूडेंट्स हैं ठीक है तो रेगुलर स्ट्रैच की लड़ है वॉट टाइप ऑफ स्ट्रैचिज़ आई डिस्कस इट रिलेटेड फॉर फर्स्ट टू बिगिन विद द ट्रीटमेंट यू नीड टू डू आय द आइसिंग और आय द यू कैन टेक होट पैक गरम सेक कर सकते हैं या बर्फ रख सद अपने आ मसल्स के उत्ते ठीक है यदा तो थोड़ा पेन घट होगा जी मसल्स ਜਿਹੜੀ ਇਨਫਲੇਮੇਸ਼ਨ ਜਿਹਨੂੰ ਆਪਾਂ ਸਵੇਲਿੰਗ ਕਹ ਦਿੰਨੇ ਆਂ ਅਨਦਰ ਵਰਡਸ ਉਹ ਥੋੜੀ ਘਟ ਚੁਗੀ ਠੀਕ ਹੈ ਉਸ ਤੋਂ ਬਾਅਦ ਜਿਹੜੀ ਆਪਾਂ ਐਕਸਰਸਾਈਜ਼ ਸ਼ੁਰੂ ਕਰਨੀ ਆ ਤਾਂ ਐਕਸਰਸਾਈਜ਼ ਧਿਆਨ ਨਾਲ ਦੇਖਿਓ ਫਰਸਟ ਐਕਸਰਸਾਈਜ਼ ਚਿਨ ਟਕਿੰਸ ਵਾਟ ਚਿਨ ਟਕਿੰਸ ਜਿਹੜੀ ਆਪਾਂ ਚਿਨ ਨੂੰ ਮੰਦੰਨ ਨੂੰ ਟੱਕਣਾ ਲਾਈਕ ਥਿਸ ਐਟ ਅ ਕਾਊਂਟ ਆਫ 1 ਆਈਲ ਸਟਾਰਟ 1 2 3 4 5 6 7 8 9 10 ਆਰ ਯੂ ਗੈਟਿੰਗ ਥੈਟ ਵਾਂਸ ਅਗੇਨ ਲਾਈਕ ਥਿਸ ਕਈ ਪੇਸ਼ੇਂਡ ਇਹਦਾ ਕਰਦੇ ਆਂ this is not the correct way all right you just need to do do you remember the dance form of prince in dance india dance he used to do this you have to do this but this is the first exercise second exercise stretches stretches means

ਨੈਕ ਜ਼ਿਆਦਾ ਬੈਂਡ ਕਰ ਲੈਂਦੇ ਇਟ ਮੀਨਸ ਲਾਈਕ ਥਿਸ ਤਾਂ ਤੁਹਾਡੇ ਓਕਸੀਪੀਟਲ ਮਸਲ ਸਟ੍ਰੈਚ ਨਹੀਂ ਹੁੰਦੇ ਪਏ ਇਟ ਇਜ਼ ਯੋਰ ਅਪਰ ਬੈਕ ਮਸਲਸ ਵਿਚ ਇਜ਼ ਗੈਟਿੰਗ ਸਟ੍ਰੈਚਡ ਆਲ ਰਾਈਟ ਸੋ ਵਾਟ ਯੂ ਨੀਡ ਟੂ ਡੂ ਜਸਟ ਬੈਂਡ ਯੋਰ ਚਿਨ ਟੂ ਦੀ ਆਪੋਜ਼ਿਟ ਸਾਈਡ ਐਂਡ ਜਸਟ ਡੂ ਥਿਸ ਟੂ ਦੀ ਆਪੋਜ਼ਿਟ ਐਕਸਿਲਾ ਯੂ ਮਸਟ ਗੋ ਐਂਡ ਦੈਨ ਤੁਹਾਨੂੰ ਹਰ ਸਟ੍ਰੈਚ ਐਟ ਲੀਸਟ 5 ਟਾਈਮਸ ਕਰਨਾ ਹੈ ਠੀਕ ਹੈ ਫੋਰ ਅ ਹੋਲਡ ਆਫ minimum 5 to 6 seconds in the beginning 올라이ਟ ਇੱਕ ਹੋਰ ਐਕਸਰਸਾਈਜ਼ ਮੈਂ ਤੁਹਾਨੂੰ ਦੱਸਣਾ ਚਾਹਣਾ ਚਿੰ ਟਕਿੰਸ ਜਦੋਂ ਤੁਸੀਂ ਕਰਦੇ ਆ 올라이ਟ ਯੂ ਡਿਡ ਥਿਸ ਐਂਡ ਦੈਨ ਜਸਟ ਬੈਂਡ ਯੋਰ ਨੈਕ ਫੋਰਵਰਡ ਤੁਸੀਂ ਚਿੰ ਟਕਿੰਗ ਕੀਤੀ ਜਿਹੜੀ ਪਹਿਲੀ ਐਕਸਰਸਾਈਜ਼ ਸੀ ਉਹਦੇ ਨਾਲ ਹੀ ਤੁਸੀਂ ਫੋਰਵਰਡ ਬੈਂਡਿੰਗ ਕਰਨੀ ਹੈ ਇਹ ਤੁਸੀਂ ਹੁਣ ਵੀ ਟਰਾਈ ਕਰੋਗੇ ਤੁਹਾਨੂੰ ਸ਼ਾਰਪ ਸਟ੍ਰੈਚ ਫੀਲ ਹੋ ਗਏ ਥੇ ਸਬਓਕਸੀਪਿਟਲ ਮਸਲ ਦੇ ਵਿੱਚ ਇਜ਼ ਵੈਰੀ ਵੈਰੀ ਰਿਲੀਵਿੰਗ ਓਕੇ ਤੁਹਾਨੂੰ ਇਹ ਕਰਦੇ ਸਾਰੀ ਤੁਹਾਨੂੰ ਪਤਾ ਲੱਗ ਜਾਊਗਾ ਜੀ ਇਟ ਇਜ਼ ਵੈਰੀ ਇਫੈਕਟਿਵ ਆਲ ਰਾਈਟ ਨੈਕਸਟ ਐਕਸਰਸਾਈਜ਼ ਮੈਂ ਤੁਹਾਨੂੰ ਦੱਸਦਾ ਠੀਕ ਹੈ ਜੀ ਨਾਓ ਵੀਲ ਬਿਗਿਨ ਵਿਦ ਦ ਲਾਸਟ ਐਕਸਰਸਾਈਜ਼ ਉਹਦੇ ਲਈ ਤੁਸੀਂ ਇੱਕ ਹੈਂਕੀ ਲੈਣਾ ਆਲ ਰਾਈਟ ਯੂ ਨੀਡ ਟੂ ਟੇਕ ਅ ਹੈਂਕਰਚੀਫ ਉਹਨੂੰ ਆਪਣੇ ਬੈਕ ਸਾਈਡ ਤੇ ਲੈ ਕੇ ਜਾਓ ਨੈਕ ਤੇ ਐਂਡ ਜਸਟ ਡੂ ਦਿਸ ਲੁੱਕ ਐਟ ਮੀ ਵੇਅਰ ਆਮ ਹੋਲਡਿੰਗ ਦਿਸ ਹੈਂਕੀ इट इज़ जस्ट बिलो माई पिना इन द डायरेक्शन ऑफ माई आईज होल राइट तुम्हें इदा करके बह जाना ठीक है पूरा फुल फोर्स ला के हैंकीनू अपने सबऑक्सीबिटल रीजन के उ ही रखना है ठीक है एंड दैन यू विल चेंज योर हैंड ग्रासपिंग थोड़ी चेंज करनी है विद द रइट हैंड यू विल होल्ड द लैफ्ट पार्ट ऑफ द हैंक अचीफ एंड विद द लैफ्ट हैंड यू विल होल्ड द राइट पार्ट ऑफ येंक अचीफ so do this we have to do the rotations anu apni neck nu rotate karna hai but that also in a stable way so like this i'm holding with my right hand this part alright and i'm moving towards the right side tanu so, right side nu move karna hold it now towards the left side then again देख सकते हो तीराइट ये जी कुछ एक्सरसाइज तुम मैं एक बार फिर रिवाइज करा दिना अपना केड़ी एक्सरसाइज की फस्ट चिंटक सेकेंड स्ट्रैच ऑफ द सैग ऑक्सीपिटल मसल्स लाइक दिस बोथ लैफ्ट एंड राइट एंड चिंटक इन विद फॉरवर्ड स्ट्रैच लाइक दिस एंड द लास्ट वन इज़ दिस ओल राइट प्लस ਤੁਸੀਂ ਆਈਸਿੰਗ ਕਰ ਸਕਦੇ ਹੋ ਆਈਸ ਪੈਕ ਲੈ ਸਕਦੇ ਹੋ ਠੰਡਾ ਕੂਲਿੰਗ ਕਰ ਸਕਦੇ ਹੋ ਆਪਣੇ ਸਬੋਕਸਿਪੀਟਲ ਮਸਲ ਦੀ ਐਂਡ ਯੂ ਮੇ आल्सो ਯੂਜ਼ ਹੌਟ ਪੈਕ ਗਰਮ ਸੇਕ ਵੀ ਯੂਜ਼ ਕਰ ਸਕਦੇ ਇਧਰ ਦੀ ਹੋਰ ਵੀ ਵੀਡੀਓਜ਼ ਅਸੀਂ ਲੈ ਕੇ ਆਂਦੇ ਰਵਾਂਗੇ 올 ਰਾਈਟ ਜੇ ਤੁਸੀਂ ਕਰ ਨਹੀਂ ਕਰ ਸਕਦੇ ਡੂ ਵਿਜ਼ਿਟ ਟੂ ਐਨੀ ਫਿਜ਼ੀਓਥੈਰੇਪੀ ਕਲੀਨਿਕ ਨੀਅਰ ਬਾਏ ਯੂ ਵੀਲ ਆਲਵੇਜ਼ ਵੈਲਕਮ ਯੂ 올 ਰਾਈਟ ਐਂਡ ਧਿਆਨ ਰੱਖਿਓ ਆਪਣਾ ਠੀਕ ਹੈ ਡੋਨਟ ਡਿਪੈਂਡ ਓਨ ਮੈਡੀਸਿਨ ਮਚ ਠੀਕ ਹੈ ਜ਼ਿਆਦਾ ਪੇਨ ਹੈ देन ਯੂ ਕੈਨ ਯੂਜ਼ ਪੇਨ ਰਿਲੀਵਰਸ ਬਟ Do visit any physiotherapy clinic nearby you. May God bless you all and take care.